भाई जान मैं असल जो मशीन लियांदी है नाली 10 बंदे में रखे हैं पट्ठे पाण वास्ते वढ़न वास्ते सिर्फ जनाब जिदन की मशीन लियांदी है मैनू पता ही कोने किसे बंदियां दा यह जनाब मैं 10 मिनट नहीं लांदा पूरे तो पट्ठे वढ़ लैना ये पता ही कोने मैं पट्ठे आपीए वढ़ के तो मैं पट्ठे वढ़े भी नहीं तो पता जे आ जटा दे हाथ ही नहीं साफ होंदे कोई भी जनाब जिदन की मैं मशीन लियांदी जे उदन का मैं बड़े सुख च जे वेखो 10 बंदे में लाए होंगे हम पट्ठे वढ़न लई तो जाना मगर तो वेखना तो उन्हें पट्ठे वढ़े ही कोना होने और मैं सवेर का घलिया 12 बजे तक तुह पट्ठे नहीं यार वढ़े कोई भी आ जनाब जिदन की मैं मशीन लियांदी जे और ना ही हम वढ़ते कोई भी जिदन की मशीन मैं लियांदी उदन का जनाब मैं सोचे वा वेखो पट्ठे भी वढ़ लेने 100 माइल तो हाथ भी वेखो कोई गंदे शंदे नहीं हाथ पता ही नहीं मैं पट्ठे भी वढ़ के आया कि नहीं ए माशाल्लाह मशीन ने सानू बड़ा मजा दिता जे ए जनाब जिदन के पट्ठे मशीन लियांदी जे उदन के पट्ठे जनाब अभी रज के डंगर पाते जे तो आप ही भी सारा दिन फिरते जे मझा भी खुश जे तो अभी भी खुश जे अस्सलाम वालेकुम वालेकुम सलाम वीर जी की हाल ने आप दे शुक्र अल्लाह ठीक ठाक खरीयत जे बिल्कुल दुआवां जे वीरियो खुश हो ना अल्लाह दा शुक्र ठीक ठाक खरीयत अच्छा सारे पाकिस्तानी तुहानू वेखदे पे ने पहला ते अपना तारफ करवाओ जनाब मुजाहिद घुम्मण साहब पिंड गुजरकुला तहसील डस्का जिला सियालकोट घुम्मण साहब दिल खुश कर दिता जे सोहने मकान सोहने फार्म सोहने जानवर सोहने इंसान ते तुहाडे फार्म दी पहलवान मशीन जी जी ऐ की सीन है एहो जी इनोवेशन डेयरी फार्मिंग दी दुनिया विच ही पाकिस्तान विच घट घट वेखने आ लोग रवायती तौर ते काम पे करदे ने तुसीं नवें इलाके विच काम कीते ने इहदी वजह की सी ਇਹ ਜਨਾਬ ਬਸ ਇੱਕ ਸਾਨੂੰ ਸ਼ੌਕ ਹੀ ਡੰਗਰਾਂ ਦਾ ਅੱਛਾ ਸਾਡੇ ਵੱਡੇ ਭਾਈ ਨੇ ਹਾਜੀ ਆਜ਼ਮ ਘੁੰਮਣ ਸਾਹਿਬ ਸਾਊਦੀ ਅਰਬ ਰਹਿੰਦੇ ਨੇ ਇਹ ਜਨਾਬ ਉਹ ਇੱਥੇ ਆਏ ਨੇ ਤੇ ਉਹ ਵੇਖਿਆ ਸਾਨੂੰ ਆਹ ਡੇਅਰੀ ਬਣਾਈ ਡੇਅਰੀ ਫਾਰਮ ਬਣਾਇਆ ਨਵਾਂ ਅੱਛਾ ਜਨਾਬ ਵੇਖਿਆ ਬੰਦੇ ਰੱਖੇ ਨੇ 5-7 ਤੇ ਪੱਠੇ ਸਾਡੇ ਫੇਰ ਵੀ ਨਹੀਂ ਪੂਰੇ ਹੁੰਦੇ ਫਿਰ ਵੀ ਪੂਰੇ ਨਹੀਂ ਹੁੰਦੇ ਨਹੀਂ ਪੂਰੇ ਹੁੰਦੇ ਉਹਨਾਂ ਜਨਾਬ ਯੂਟਿਊਬ ਤੋਂ ਵੇਖ ਕੇ ਤੇ ਉਹਨਾਂ ਫਿਰ ਸਾਨੂੰ ਆਹ ਮਸ਼ੀਨ ਲਿਆ ਕੇ ਦਿੱਤੀ ਹੈ ਡਸਕੇ ਅੱਛਾ ਉਹ ਜਿੱਦਾਂ ਦੀ ਜਾਂ ਜਨਾਬ ਹਾਂ ਮਸ਼ੀਨ ਲਿਆਂਦੀ ਜੇ ਅਸੀਂ ਉਦੋਂ ਦੇ ਡੰਗਰ ਰੱਜ ਕੇ ਪੱਠੇ ਖਾਂਦੇ ਜੇ ਅੱਛਾ ਇੱਕ ਪਾਸੇ ਤੁਹਾਡੇ 5 ਮੁਲਾਜ਼ਮ ਅਤੇ ਇੱਕ ਪਾਸੇ ਤੁਹਾਡੀ ਇਹ ਮਸ਼ੀਨ ਜਿਹਨੂੰ ਤੁਸੀਂ ਪਹਿਲਵਾਨ ਮਸ਼ੀਨ ਕਹਿੰਦੇ ਹੋ ਇਹ 5 ਬੰਦਿਆਂ ਦਾ ਮੁਕਾਬਲਾ ਕਿੰਝ ਕਰਦੀ ਹੈ ਇਹ ਭਾਈ ਜਾਨ 5 ਬੰਦਿਆਂ ਦਾ ਮੁਕਾਬਲਾ ਕਰਦੀ ਹੈ 100 ਬੰਦੇ ਦਾ ਮੁਕਾਬਲਾ ਕਰਦੀ ਉਹ ਤੁਹਾਡੀ ਖੈਰ ਉਹ ਕਿੰਝ ਇਹ ਭਾਈ ਜਾਨ ਅਸੀਂ ਜਿੰਨੇ ਪੱਠੇ ਵੱਢਣੇ ਹੋਣ 15-20 ਮਿੰਟ ਜੇ ਜਿੰਨੇ ਮਰਜ਼ੀ ਡੰਗਰ ਹੋਣ ਜਨਾਬ ਪੱਠੇ ਵੱਢ ਛੱਡਦੀ ਹੈ ਜਿੰਨੇ ਸਾਨੂੰ ਜ਼ਰੂਰਤ ਹੋਏ ਅੱਛਾ ਹਾਂਜੀ ਤੇ ਮਤਲਬ ਥੋੜ੍ਹਾ ਸਮਝਾਓ ਨਾ ਆਸਾਨ ਲਫ਼ਜ਼ਾਂ ਵਿੱਚ ਪੰਜਾਬੀ ਵੀਰ ਤੁਹਾਨੂੰ ਵੇਖਦੇ ਪਏ ਨੇ ਕਿ ਇੱਕ ਪਾਸੇ ਕਿੰਨੇ ਬੰਦੇ ਕੰਮ ਕਰਦੇ ਹੋਣ ਅਤੇ ਇੱਕ ਪਾਸੇ ਇਕੱਲੀ ਮਸ਼ੀਨ ਕੰਮ ਕਰਦੀ ਹੋਏ ਤਾਂ ਬਰਾਬਰ ਹੁੰਦਾ ਹੈ ਭਾਈ ਜਾਨ ਇੱਕ ਪਾਸੇ 10 ਬੰਦੇ ਪੱਠੇ ਵੱਢਦੇ ਹੋਣ ਤੇ ਪਰ ਇੱਕ ਪਾਸੇ ਇਕੱਲਾ ਬੰਦਾ ਮਸ਼ੀਨ ਨਾਲ ਵੱਢਦਾ ਹੋਏ ਤਾਂ ਉਹ ਭਾਰਾ ਹੈ ਭਾਰਾ ਹੈ ਹਾਂਜੀ ਅੱਛਾ ਇੱਕ ਕਨਾਲ ਜਗ੍ਹਾ ਦੇ ਪੱਠੇ ਵੱਢਣੇ ਹੋਣ ਫਰਜ਼ ਕਰੋ ਜੀ 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 ਅਤੇ ਇਹ ਮਸ਼ੀਨ ਕਿੰਨਾ ਕੁ ਟਾਈਮ ਲਾ ਕੇ ਵੱਢ ਛੱਡਦੀ ਹੈ ਇਹ ਜਨਾਬ ਇੱਕ ਕਨਾਲ ਪੱਠੇ ਵੱਢੇ ਹੋਣ ਵੱਢਣੇ ਹੋਣ ਤੇ 10 ਮਿੰਟ ਦਾ ਇਹਦਾ ਕੰਮ ਜੇ 10 ਮਿੰਟ ਦਾ ਹਾਂਜੀ ਔਰ ਇੱਕ ਬੜੀ ਅਜੀਬ ਗੱਲ ਵੇਖੀ ਹੈ ਖੋਬੇ ਦੇ ਵਿੱਚ ਮਸ਼ੀਨ ਨੂੰ ਤੁਸੀਂ ਪੈਲੀ ਵਿੱਚ ਵਾੜਿਆ ਜੀ 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 ਔਰ ਫਿਰ ਵੀ ਮਸ਼ੀਨ ਨੇ ਸੋਹਣਾ ਕੰਮ ਕੀਤਾ ਹਾਂਜੀ ਅਤੇ ਇਹ ਦੱਸੋ ਕਿ ਇਹ ਚਾਰੇ ਦੇ ਇਲਾਵਾ ਔਰ ਕਿੰਨੇ ਤਰ੍ਹਾਂ ਦੇ ਚਾਰੇ ਵੱਢ ਸਕਦੀ ਹੈ ਅਸੀਂ ਜਨਾਬ ਇਹਦੇ ਨਾਲ ਸਟਾਲਾ ਵੀ ਵੱਢਦੇ ਜੇ ਜਵੀ ਵੱਢਦੇ ਜੇ ਕਣਕ ਵੀ ਵੱਢਦੇ ਜੇ ਜਵਾਰ ਵੀ ਵੱਢਦੇ ਜਿਹੜੀ ਫਸਲ ਅਸੀਂ ਡੰਗਰਾਂ ਨੂੰ ਪੱਠੇ ਪਾਉਂਦੇ ਹਾਂ ਅਸੀਂ ਸਾਰੀ ਫਸਲ ਪੱਠਾ ਇਹਦੇ ਨਾਲ ਵੱਢਦੇ ਹਰ ਤਰ੍ਹਾਂ ਦਾ ਚਾਰਾ ਹਰ ਤਰ੍ਹਾਂ ਦਾ ਚਾਰਾ ਵੱਢਦੇ ਸਫਾਈ ਕੈਸੀ ਹੈ ਪੱਠੇ ਵੱਢਣ ਦੀ ਮਾਸ਼ਾਅੱਲਾ ਪਤਾ ਹੀ ਨਹੀਂ ਬੰਦਿਆਂ ਵੱਢੇ ਨੇ ਤਾਂ ਮਸ਼ੀਨ ਵੱਢੇ ਜੇ ਗੁੱਡ ਹੋ ਗਿਆ ਅਤੇ ਜ਼ਮੀਨ ਤੂੰ ਕਿੰਨਾ ਕੁ ਉੱਤੇ ਰੱਖ ਕੇ ਵੱਢਦੀ ਹੈ ਇਹ ਜਨਾਬ ਜਿਸ ਤਰ੍ਹਾਂ ਬੰਦਾ ਦਾਤਰੀ ਨਾਲ ਪੱਠੇ ਵੱਢਦਾ ਉਸ ਤਰ੍ਹਾਂ ਹੀ ਮਸ਼ੀਨ ਵੀ ਦਾਵੇ ਵੱਢਦੀ ਉਸ ਤਰ੍ਹਾਂ ਹੀ ਪੱਠੇ ਅੱਛਾ ਜੀ 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 ਪਰ ਤਾਰੀਫ ਤਾਂ ਤੁਸੀਂ ਕਰਦੇ ਪਏ ਹੋ ਪਰ ਜੇਬ ਵਿੱਚੋਂ ਪੈਸੇ ਵੀ ਤਾਂ ਲਾਏ ਹਜੇ ਨੇ ਉਹ ਬਸ ਪੈਸੇ ਜਨਾਬ ਲਾਏ ਹਨ ਇਸ ਵਜ੍ਹਾ ਤੇ ਬੰਦੇ ਨੇ ਹਨ ਲੱਭਦੇ ਪੱਠੇ ਵੱਢਣ ਵਾਸਤੇ ਅੱਛਾ ਇਹ ਬੜੀ ਮੁਸ਼ਕਲ ਸੀ ਫਰਜ਼ ਕਰੋ ਤੁਸੀਂ ਪੈਸੇ ਲਾ ਹੀ ਛੜੇ ਨੇ ਜੀ ਜੀ ਉਹ ਪੈਸੇ ਲਾ ਕੇ ਪੈਸੇ ਹੋਣ ਤੱਕ ਪੂਰੇ ਹੋਏ ਜੇ ਕਿ ਨਹੀਂ ਹੋਏ ਜੇ ਕਿੰਨੀ ਦੇਰ ਹੋਈ ਜੇ ਮਸ਼ੀਨ ਲੈ ਕੇ ਆਏ ਦਿਆਂ ਇਹ ਜਨਾਬ ਸਾਡੇ ਕੋਲ 4 ਮਹੀਨੇ ਹੋ ਗਏ ਨੇ ਮਸ਼ੀਨ ਆਈ ਨੂੰ ਤੇ ਜਨਾਬ ਸਾਡੇ ਪੈਸੇ ਪੂਰੇ ਕਰ ਗਏ ਜੇ 4 ਮਹੀਨੇ ਵਿੱਚ ਪੈਸੇ ਪੂਰੇ ਪੂਰੇ ਪੈਸੇ 2 ਮਹੀਨੇ ਚ ਪੈਸੇ ਪੂਰੇ ਕਰ ਗਏ ਜੀ ਆਪਾਂ ਅੱਛਾ 2 ਮਹੀਨੇ ਵਿੱਚ ਪੈਸੇ ਪੂਰੇ ਕਰ ਗਈ ਹੈ ਹਾਂਜੀ ਹਾਂਜੀ ਅੱਛਾ ਇੱਕ ਕਨਾਲ ਪੱਠੇ ਵੱਢਣ ਤੇ ਟਾਈਮ ਕਿੰਨਾ 10 ਮਿੰਟ ਦੱਸੇ ਜੇ 10 ਮਿੰਟ ਤੇ ਪੈਟਰੋਲ ਪੈਂਦੇ ਵਿੱਚ ਕਿ ਡੀਜ਼ਲ ਪੈਂਦਾ ਇਹ ਸਮਝੋ ਕੁਛ ਵੀ ਨਹੀਂ ਜੇ ਖਾਂਦੀ ਕੁਛ ਤੇ ਖਾਂਦੀ ਹੈ ਨਾ ਇਹ ਸਾਡੇ ਆਸੇ ਕੁਛ ਵੀ ਨਹੀਂ ਜੇ ਖਾਂਦੀ ਕੋਈ ਐਵਰੇਜ ਦੱਸੋ ਨਾ ਕੀ ਆ ਰਹੀ ਹੈ ਤੁਹਾਡੇ ਕੋਲ ਐਵਰੇਜ ਜਨਾਬ ਅਸੀਂ ਇਹਦੇ 'ਚ ਲੀਟਰ ਤੇਲ ਪਾਉਂਦੇ ਜੇ ਸਾਡਾ ਹਫ਼ਤਾ ਲੰਘ ਜਾਂਦਾ ਜੇ
ਇੱਕ ਲੀਟਰ ਪੈਟਰੋਲ ਨਾਲ ਪੂਰਾ ਹਫ਼ਤਾ ਪੂਰਾ ਹਫ਼ਤਾ ਲੰਘ ਜਾਂਦਾ ਜੀ। ਤਾਂ ਤੁਸੀਂ ਕਹਿੰਦੇ ਪਏ ਕਿ ਮੇਰੇ 10 ਮੁਲਾਜ਼ਮ ਇੱਕ ਪਾਸੇ ਤੇ ਇਕੱਲੀ ਇੱਕ ਪਾਸੇ। ਹਾਂਜੀ 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 ਬਿਲਕੁਲ ਠੀਕ ਹੈ ਜੀ। ਚਲਾਉਣਾ ਔਖਾ ਕੰਮ ਹੈ ਸੌਖਾ ਕੰਮ ਹੈ ਮਾੜਾ, ਤੁਸੀਂ ਤੇ ਗੱਭਰੂ ਜਵਾਨ ਹੋ ਯਾਰ, ਤੁਹਾਡੇ ਡੋਲੇ ਵਿੱਚ ਜਾਣ ਹੈ ਤੇ ਅਗਰ ਕੋਈ ਮਾੜਾ ਬੰਦਾ ਹੈ ਬੁੱਢਾ ਬਾਬਾ ਹੈ ਤੇ ਉਹ ਵੀ ਇਹ ਚਲਾ ਸਕਦਾ ਕਿ ਨਹੀਂ? ਇਹ ਸਾਰਾ ਆਪੀਏ ਪੇ ਚੱਲਦੀ ਹੈ। ਅੱਛਾ, ਇਹਨੂੰ ਚਲਾਉਣ ਦਾ ਕੋਈ ਮੁਸ਼ਕਲ ਨਹੀਂ? ਇਹਨੂੰ ਚਲਾਉਣ ਦਾ ਕੀ ਤਰੀਕਾ ਜ਼ਰਾ ਥੋੜਾ ਸਮਝਾਓ, ਤੁਸੀਂ ਇੱਥੋਂ ਫੜਦੇ ਹੋ ਐਗ੍ਰਿਪ ਜ਼ਰਾ ਦੱਸੋ ਇੱਕ ਵਾਰੀ ਗੱਲ ਸਮਝਾਓ। ਇਹਨੂੰ ਭਾਈ ਜਾਨ ਚਲਾਉਣ ਦਾ ਕੋਈ ਮੁਸ਼ਕਲ ਨਹੀਂ। ਆ ਇਹਦਾ ਨਾ ਸਟਾਰਟ ਕਰਨ ਵਾਲਾ ਜਿਹੜਾ ਨਾ ਇਹਦੀ ਕਿੱਕ ਹੈ, ਇਹ ਕਿੱਕ ਹੋ ਗਈ ਜੀ ਜੀ ਜੀ। ਇਹ ਵੱਡੇ ਵੱਡੇ ਟਾਇਰ ਨੇ ਜਿਹੜੇ ਆਡੀਆਂ ਵੀ ਲੰਘੇ ਜਾਂਦੇ ਨੇ, ਸਭ ਕੁਝ ਲੰਘੇ ਜਾਂਦਾ। ਤੇ ਅੱਗੇ ਇਹ ਰੇਸਾਂ ਰੂਸਾਂ ਕੀ ਜੀ? ਆਹ ਇੱਕ ਜਿਹੜਾ ਇਹਦਾ ਨਾ ਸ਼ਾਫਟ ਚਲਾਉਂਦਾ, ਉਹ ਥ੍ਰੈਸ਼ਰ ਚਲਾਉਂਦਾ। ਠੀਕ ਹੈ। ਤੇ ਇੱਕ ਜਿਹੜਾ ਟੁੱਟਦੀ ਹੈ ਜਿਹਦੇ ਨਾਲ ਟਾਇਰ ਚੱਲਦੇ ਨੇ। ਤੇ ਜ਼ੋਰ ਤੇ ਨਹੀਂ ਲੱਗਦਾ, ਭਾਰੀ ਤੇ ਹੈ ਵੇ। ਇਹ ਜਨਾਬ ਇਸ ਤਰ੍ਹਾਂ ਚੱਲਦੀ ਹੈ ਜਿਸ ਤਰ੍ਹਾਂ ਮੋਟਰਸਾਈਕਲ ਚਲਾਈ ਦੀ ਹੈ। ਯਾਨੀ ਚੱਸ ਦੇ ਫਾਇਦੇ ਦਾ ਫਾਇਦਾ। ਮੈਂ ਨਾ ਇਹ ਸਮਝਿਓ ਅਸੀਂ ਮੋਟਰਸਾਈਕਲ ਤੇ ਚਲਾਉਂਦੇ ਆ ਵੇ, ਇਸ ਤਰ੍ਹਾਂ ਮਜ਼ਾ ਦਿੰਦੀ ਹੈ ਸਾਨੂੰ ਮਸ਼ੀਨ। ਠੀਕ ਹੈ ਜੀ ਜੀ। ਤੇ 4 ਮਹੀਨੇ ਵਿੱਚ ਕੋਈ ਖਰਾਬੀ ਸ਼ਰਾਬੀ ਤੇ ਨਹੀਂ ਪੈਦਾ ਹੋਈ? ਸਾਰੇ ਦੀ ਕੋਈ ਹੈ ਤਾਂ ਅਗਰ ਸਾਨੂੰ ਕਿਸੇ ਕਿਸਮ ਦਾ ਹਾਂ ਇਹਨੂੰ ਪੇਚਕਸ ਨਹੀਂ ਲਾਇਆ ਕਿਤੇ ਵੀ। ਗੁੱਡ ਹੋ ਗਿਆ ਜੀ ਜੀ। ਅੱਛਾ ਇੱਕ ਮਸਾਂ ਮੈਂ ਵੀ ਦੱਸੋ ਕਿ ਇਹਦੀ ਕੋਈ ਚੌੜਾਈ ਕਿੰਨੀ ਕੁ ਹੈ, ਕਿੰਨੀ ਕੁ ਜਗ੍ਹਾ ਤੋਂ ਪੱਠੇ ਵੱਢਦੀ ਜਾਂਦੀ ਹੈ? ਇਹ ਜਨਾਬ ਕੋਈ 5 ਫੁੱਟ ਤੋਂ ਨਾ ਵੱਢਦੀ ਜਾਂਦੀ ਜੀ ਪੱਠੇ। ਔਰ ਮੈਂ ਵੇਖਣਾ ਪੱਠੇ ਬੜੀ ਤਰਤੀਬ ਨਾਲ ਲੱਗਦੇ ਨੇ ਜੀ। ਜੀ 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 ਜੀ। ਬੰਦਾ ਜੋ ਵੱਢਦਾ ਤੇ ਇੰਨੀ ਤਰਤੀਬ ਨਾਲ ਪੱਠੇ ਨਹੀਂ ਵੱਢਦਾ? ਨਹੀਂ ਵੱਢਦਾ ਲਾਂਦਾ ਨਹੀਂ ਬੰਦੇ ਦਾ। ਬੰਦਾ ਜਿਹੜਾ ਗਲਤ ਢੇਰੀਆਂ ਲਾਉਂਦਾ ਇੱਕ ਤਰਤੀਬ ਤੇ ਢੇਰੀ ਲਾ ਦੇ ਜੀ। ਮਸ਼ੀਨ ਆਓ ਘੁੰਮਣ ਸਾਹਿਬ ਦਾ ਰੈਦਨ ਨੂੰ ਆਓ ਯਾਰ, ਇਹ ਘੁੰਮਣ ਸਾਹਿਬ ਦਾ ਸਾਰਾ ਰਕਬਾ ਤੇ ਇਹ ਸਾਰੇ ਰਕਬੇ ਦੀ ਤਬਾਹੀ ਐਸੇ ਮਸ਼ੀਨ ਨਾਲ ਲਾਈਏ। ਬੰਦੇ ਛੰਦੇ ਇਹਨਾਂ ਦੇ ਜਨਾਬ ਖੁਸ਼ ਨੇ, ਇਹਨਾਂ ਦਾ ਡੇਰੀ ਫਾਰਮ, ਇਹਨਾਂ ਦੇ ਮਕਾਨ, ਇਹਨਾਂ ਦੇ ਜਾਨਵਰ ਵੀ ਇੱਕ ਵਿਊ ਤੁਹਾਨੂੰ ਵਿਖਾ ਰਹੇ ਹਾਂ। ਬੜੇ ਸੱਜੇ ਤਰੀਕੇ ਨਾਲ ਕੰਮ ਕਰਦੇ ਪਏ ਨੇ। ਇਹੋ ਲੋਕ ਨੇ ਜਿਹੜੇ ਦੱਸਦੇ ਨੇ ਕਿ ਕੰਮ ਨੂੰ ਕੰਮ ਦੇ ਤਰੀਕੇ ਨਾਲ ਕਰਨਾ ਚਾਹੀਦਾ। ਅੱਛਾ ਘੁੰਮਣ ਸਾਹਿਬ, ਲੋਕ ਨਾ ਇਹੋ ਜਿਹੀ ਇੱਕ ਮਸ਼ੀਨ ਆਉਂਦੀ ਹੈ ਅਤੇ ਲੋਕ ਪਰੇਸ਼ਾਨ ਹੋ ਜਾਂਦੇ ਨੇ, ਲੋਕ ਆਖਦੇ ਨੇ ਜੀ ਇਹ ਨੈੱਟ 'ਤੇ ਸਭ ਕੁਝ ਝੂਠੋ ਝੂਠ ਹੈ, ਅਤੇ ਤੁਹਾਡਾ ਤਜਰਬਾ ਕੀ ਕਹਿੰਦਾ? ਇਹ ਸਰ ਨੈੱਟ ਦੇ ਉੱਤੇ ਐਵੇਂ ਹੀ ਬਸ ਬੰਦੇ ਗੱਲਾਂ ਕਰ ਛੱਡਦੇ ਨੇ, ਲਿਆਉਣ ਜੋਗੇ ਨਹੀਂ ਹੁੰਦੇ ਮਸ਼ੀਨ। ਅੱਛਾ, ਇਹ ਅੱਲਾ ਦਾ ਸ਼ੁਕਰ ਹੈ ਜਿੱਦਾਂ ਹਾਂ ਨੈੱਟ 'ਤੇ ਹੀ ਮੰਗਵਾਈ, ਆਪੀ ਗਏ ਵੀ ਨਹੀਂ ਲੈਣ। ਕਿੰਨੇ ਕੁ ਸਾਲ ਮਸ਼ੀਨ ਤੁਹਾਨੂੰ ਲੱਗਦਾ ਚੱਲੇਗੀ, ਜਾਂ ਤੁਸੀਂ ਜਿਹਦੇ ਕੋਲ ਲਈ ਹੈ ਉਹਨੂੰ ਕੀ ਕਿਹਾ ਸੀ ਕਿ ਕਿੰਨੇ ਕੁ ਸਾਲ ਦੀ ਪੱਕੀ ਜਾ ਰਹੀ ਹੈ? ਹਮੇਸ਼ਾ ਤੇ ਭਾਰੀ ਹੈ ਇਹ, ਹਮੇਸ਼ਾ ਤੇ ਭਾਰੀ ਜੇ ਜਨਾਬ। ਅੱਛਾ ਹਾਂਜੀ। ਅੱਛਾ ਕਿੰਨੇ ਮਜ਼ਦੂਰ ਪਹਿਲਾਂ ਰੱਖੇ ਜੇ ਤੇ ਇਹਦੇ ਆਉਣ ਨਾਲ ਮਜ਼ਦੂਰਾਂ ਦੀ ਕੋਈ ਰੋਜ਼ੀ ਬੰਦ ਤਾਂ ਨਹੀਂ ਕੀਤੀ ਤੁਸੀਂ? ਨਹੀਂ ਨਹੀਂ ਸਰ, ਰੋਜ਼ੀ ਤਾਂ ਨਹੀਂ ਬੰਦ ਕਿਸੇ ਦੀ ਕੀਤੀ ਹੈ, ਇਹ ਸਾਡੇ ਡੰਗਰਾਂ ਨੂੰ ਪੱਠੇ ਨੇ ਹਜੇ ਪੂਰੇ ਹੁੰਦੇ। ਅੱਛਾ, ਇਹ ਜਿੱਦਾਂ ਦੀ ਆਹ ਮਸ਼ੀਨ ਲਿਆਉਂਦੀ ਉਦਾਂ ਦੇ ਸਾਡੇ ਡੰਗਰਾਂ ਦੇ ਮਾਸ਼ਾਅੱਲਾ ਪੱਠੇ ਪੂਰੇ ਹੋ ਗਏ ਜੀ। ਰੱਜ ਕੇ ਖਾਂਦੇ? ਰੱਜ ਕੇ ਖਾਂਦੇ ਜੀ। ਗੁੱਡ ਹੋ ਗਿਆ ਜੀ ਜੀ। ਤੇ ਹੋਰ ਤੁਹਾਡੇ ਕੀ ਮਨਸੂਬੇ ਨੇ? ਇਹ ਤੁਸੀਂ ਕੀ ਪੱਠੇ ਕਿਹੜੇ ਨੇ? ਜਵੀ ਹੈ, ਜਵੀ ਹੈ ਔਰ ਇਹ ਬੜੀ ਨਰਮ ਹੁੰਦੀ ਹੈ, ਇਹਨੂੰ ਵੀ ਇਸ ਤਰਤੀਬ ਨਾਲ ਵੱਢਣਾ ਇਹਦਾ ਕਮਾਲ ਹੈ। ਅੱਛਾ, ਇਹ ਤੇ ਨਰਮ ਹੈ, ਪਾਣੀ ਵਾਲੀ ਚਾਰਾ ਹੈ, ਕੁਛ ਸਖ਼ਤ ਚਾਰਾ ਹੋਏ? ਇਹ ਸਰ ਜਿਹੜਾ ਵੀ ਮਰਜ਼ੀ ਕਣਕ ਹੈ, ਮਕਈ ਹੈ, ਜਵਾਰ ਹੈ, ਸਟਾਲ ਹੈ, ਜਿਹੜਾ ਵੀ ਚਾਰਾ ਹੋਏ ਨਾ, ਲੂਸਣ ਹੈ, ਜਿਹੜਾ ਵੀ ਚਾਰਾ ਹੈ, ਮਸ਼ੀਨ ਨੂੰ ਕੋਈ ਟੈਨਸ਼ਨ ਨਹੀਂ। ਚਲੋ, ਅੱਲਾ ਨੇ ਤੁਹਾਨੂੰ ਪੈਸਾ ਦਿੱਤਾ, ਇੱਜ਼ਤ ਦਿੱਤੀ, ਤੁਹਾਡਾ ਸ਼ੌਕ ਸੀ, ਸ਼ੌਕ ਦੀ ਤਕਮੀਲ ਕੀਤੀ, ਤੁਹਾਡੇ ਵੱਡੇ ਭਾਈ ਸੌਦੀ ਤੁਹਾਨੂੰ ਗਾਈਡ ਕਰਦੇ ਨੇ, ਭਰਾ ਭਰਾਵਾਂ ਦੀਆਂ ਬਾਹਾਂ ਹੁੰਦੇ ਨੇ, ਉਹਨਾਂ ਨੇ ਤੁਹਾਨੂੰ ਮਸ਼ਵਰਾ ਦਿੱਤਾ, ਉਸ ਮਸ਼ਵਰੇ ਤੇ ਤੁਸੀਂ ਰਾਜ਼ੀ ਹੋ, ਖੁਸ਼ ਹੋ? ਜੀ ਜੀ ਜੀ। ਕੀ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਲੋਕ ਕਿਸਾਨ ਨਾ ਪਰੇਸ਼ਾਨ ਨੇ ਵਿਚਾਰੇ? ਜੀ ਜੀ ਜੀ। ਤੇ ਉਹਨਾਂ ਨੂੰ ਇਹ ਮਸ਼ੀਨ ਤੁਸੀਂ ਰੈਫਰ ਕਰਦੇ ਹੋ ਕਿ ਨਹੀਂ ਕਰਦੇ? ਇਹ ਸਰ ਜਿਹਨੇ ਲਿਆਉਣੀ ਹੈ ਮਸ਼ੀਨ, ਮੌਜ ਉਸ ਬੰਦੇ ਲੈਣੀ ਹੈ। ਸਹਾਂ 100 ਮਾਈ ਰੱਖੀ ਹੈ, ਸਾਨੂੰ ਪਤਾ ਹੀ ਨਹੀਂ ਹਾਂ 100 ਮਾਈ ਰੱਖੀ ਜੇ। ਅੱਛਾ ਹਾਂਜੀ, ਇਹਦਾ ਮਤਲਬ ਹੈ ਇਹ ਮਸ਼ੀਨਾਂ, ਇਹੋ ਜਿਹੀਆਂ ਮਸ਼ੀਨਾਂ ਅਗਰ ਇਹੋ ਜਿਹੀ ਸਾਇੰਸ ਤੇ ਟੈਕਨੋਲੋਜੀ ਦਾ ਇਸਤੇਮਾਲ ਸਾਡੇ ਕਿਸਾਨ ਵੀਰ ਕਰਨ ਤਾਂ ਉਹਨਾਂ ਦੀ ਜ਼ਿੰਦਗੀ ਆਸਾਨ ਹੋ ਜਾਂਦੀਆਂ ਨੇ। ਔਰ ਇਹ ਨਹੀਂ, ਇਹਦੇ ਵਿੱਚ ਫਰਜ਼ ਕਰੋ ਕਿੰਨੇ ਦੀ ਲਈ ਹੈ ਜੇ ਤੁਸੀਂ? ਇਹ ਅਸਾਂ ਲਈ ਹੈ ਜਨਾਬ 3,50,000 ਦੀ। ਤੇ ਤੁਸੀਂ ਕਿਹਾ ਕਿ 2 ਮਹੀਨੇ ਵਿੱਚ ਪੈਸੇ ਪੂਰੇ, ਲੇਕਿਨ ਚਲੋ ਮੈਂ ਚੇਤਨ ਕਹਿੰਦਾ ਕਿ 1 ਸਾਲ ਵਿੱਚ ਪੈਸੇ ਪੂਰੇ ਹੋ ਜਾਣਗੇ। ਸਰ ਵੇਖੋ ਨਾ, 10 ਬੰਦਿਆਂ ਨੂੰ ਤਨਖਾਹ ਦਈਏ ਤੇ ਉਹ ਮਹੀਨੇ ਦਾ 2 ਲੱਖ ਰੁਪਈਆ ਬਣਦਾ। ਅੱਛਾ, ਉਹ ਤਨਖਾਹ ਦੇ ਇਲਾਵਾ ਹੋਰ ਵੀ ਮਲਾਈ, ਘਿਓ ਤੇ ਦੁੱਧ ਸ਼ੁੱਧ ਤੇ ਰੋਟੀਆਂ ਫੇ ਖਵਾਓ, ਉਹਨਾਂ ਦੀ ਸੇਵਾ ਕਰੋ ਤੇ ਪੱਠੇ ਫੇਰ ਵੀ ਆਪਣੀ ਮਰਜ਼ੀ ਨਾਲ ਵੜਦੇ ਨੇ। ਇਹ ਜਨਾਬ ਜਿੱਦਾਂ ਦੀ ਹਾਂ ਲਿਆਂਦੀ ਹੈ, ਅਸੀਂ ਉਦਾਂ ਦੀ ਆਪਣੀ ਮੌਜ ਨਾਲ ਪੱਠੇ ਵੜਦੇ ਜੇ। ਠੀਕ ਹੋ ਗਿਆ। ਹਾਂਜੀ। ਅੱਛਾ ਘੁੰਮਣ ਸਾਹਿਬ, ਸਾਰੇ ਪਾਕਿਸਤਾਨ ਦੇ ਲੋਕ ਤੁਹਾਨੂੰ ਵੇਖਦੇ ਪਏ ਨੇ ਯਾਰ। ਜੀ ਜੀ ਜੀ। ਤੇ ਇੱਕ ਤਾਂ ਡੇਅਰੀ ਫਾਰਮ ਨਾ ਬੜਾ ਸਮਝਦੇ ਨੇ ਕਿ ਪੁਰਾਣੀ ਕਿਸਮ ਦਾ ਕੰਮ ਹੈ, ਗੰਦਾ ਕੰਮ ਹੈ, ਲੇਕਿਨ ਤੁਸੀਂ ਇਸ ਕੰਮ ਨੂੰ ਇੱਜ਼ਤ ਦਿੱਤੀ ਹੈ। ਮੈਂ ਸਮਝਣਾ ਤੁਹਾਡਾ ਫਾਰਮ, ਤੁਹਾਡੇ ਮੁਲਾਜ਼ਮ, ਤੁਹਾਡੀ ਸਫਾਈ ਸੁਥਰਾਈ, ਤੁਹਾਡੀ ਮਸ਼ੀਨ, ਤੁਹਾਡੀ ਸਾਰੀ ਮੈਨੇਜਮੈਂਟ ਦੱਸਦੀ ਹੈ ਕਿ ਕੰਮ ਵਿੱਚ ਬੜਾ ਪੋਟੈਂਸ਼ੀਅਲ ਹੈ, ਕੰਮ ਨੂੰ ਕੰਮ ਵਾਲੇ ਤਰੀਕੇ ਨਾਲ ਕੀਤਾ ਜਾਏ ਤੇ ਬੜੀ ਚੱਸ ਹੈ। ਜੀ ਜੀ। ਉਹ ਲੋਕਾਂ ਨੂੰ ਤੁਸੀਂ ਕੋਈ ਮਸ਼ਵਰਾ ਦਿਓ? ਇਹ ਬਸ ਜਨਾਬ ਚੱਸ ਵਾਲਾ ਤਾਂ ਕੰਮ ਹੈ ਜੇ ਸ਼ੌਕ ਹੈ ਤੇ। ਇਹ ਕੰਮ ਹੈ ਸਾਰਾ ਸ਼ੌਕ ਦਾ। ਠੀਕ। ਜਿਸ ਬੰਦੇ ਨੂੰ ਸ਼ੌਕ ਹੋਣੀ ਉਹ ਡੰਗਰ ਨਹੀਂ ਰੱਖ ਸਕਦਾ। ਬਿਲਕੁਲ। ਜਿਸ ਬੰਦੇ ਨੂੰ ਡੰਗਰਾਂ ਦਾ ਸ਼ੌਕ ਹੈ ਨਾ, ਇਹ ਉਹ ਹੀ ਬੰਦਾ ਡੰਗਰ ਰੱਖ ਸਕਦਾ। ਲੇਕਿਨ ਕੁਮਰ ਸਾਹਿਬ ਤੁਹਾਡੀ ਗੱਲ ਸੁਣ
ਉਹ ਖੱਜਾ ਖਰਾਬ ਹੋਵੋ ਤੇ 2 ਲੱਖ ਰੁਪਇਆ ਦਵੋ ਪੇਸ਼ਗੀ ਇਹਨਾਂ ਦੀ ਪਹਿਲੋ ਠੀਕ ਤੇ ਆ ਕੇ ਉਹਨਾਂ ਕੰਮ ਕਰਨਾ ਹੁੰਦਾ ਆਪਣੀ ਮਰਜ਼ੀ ਨਾਲ ਆ ਜਨਾਬ ਆਹ ਜਿੱਦਾਂ ਦੀ ਮਸ਼ੀਨ ਲਿਆਂਦੀ ਤੇ ਸਾਨੂੰ ਬੰਦਿਆਂ ਦਾ ਪਤਾ ਹੀ ਕੋਈ ਨਹੀਂ ਪਤਾ ਕੋਈ ਨਹੀਂ ਆ 10 ਮਿੰਟ ਲਾਈ ਦੇ ਨੇ ਉਹਨੂੰ ਪੱਠੇ ਵੱਢ ਕੇ ਤੇ ਵੇਲੇ ਸਾਰੀ ਦਿਹਾੜੀ ਆ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਕਮਾਂਡੋ ਬਣੇ ਹੋ ਮਸ਼ੀਨ ਵੀ ਤੁਹਾਡੀ ਕਮਾਂਡੋ ਹੈ ਜੀ ਜੀ ਲੋਕੋ ਮੁਹੰ ਸਾਹਿਬ ਫਿਰ ਆਵਾਂਗੇ ਅਨ ਕਰੀਬ ਨਾ ਤੇ ਤੁਹਾਡੇ ਕੋਲ ਫਿਰ ਪੁੱਛਾਂਗੇ ਜਦੋਂ ਤੁਸੀਂ ਕੋਈ ਨਵਾਂ ਚਾਰਾ ਵੱਢਦੇ ਹੋਵੋਗੇ ਤੁਹਾਡੇ ਤਾਸਰਾ ਤੁਹਾਡੇ ਐਕਸਪੀਰੀਅੰਸ ਲੋਕਾਂ ਨਾਲ ਸ਼ੇਅਰ ਕਰਾਂਗੇ ਘੁੰਮਣ ਸਾਹਿਬ ਨੇ ਇਹ ਮਸ਼ੀਨ ਲਈ ਹੈ ਜ਼ਰੂਰੀ ਨਹੀਂ ਤੁਸੀਂ ਵੀ ਲਓ ਤੁਸੀਂ ਪਹਿਲਾਂ ਵੈਰੀਫਿਕੇਸ਼ਨ ਕਰ ਲਓ ਤਸੱਲੀ ਕਰ ਲਓ ਚੈੱਕ ਕਰ ਲਓ ਸ਼ੋਰੂਮ ਤੇ ਜਾਓ ਇਹਨੂੰ ਚਲਾ ਕੇ ਵੇਖੋ ਦਿਲ ਮੰਨੇ ਤੇ ਲਓ ਨੰਬਰ ਸਕਰੀਨ ਤੇ ਚੱਲਦਾ ਪਿਆ ਤੁਹਾਡੇ ਸਾਰੇ ਲੋਕਾਂ ਦੀ ਵਾਹਵਾ ਸਾਰੀ ਮਿਹਰਬਾਨੀ